सेट ते किद्दां होया, किवें शूट खत्म होया, कुछ मतलब मेरी मेमोरी च ही वॉश हो गया। गिप्पी मेरा छोटा भरा है, ओदा कदी इहने पैरियां ते लाया नहीं, मैं फिल्म च लवा लिया। बाकी सारियां हीरोइनां बैठियां, एक हीरोइन मेरे हिस्से भी आई हुई है, नाल बिठाई अज। बीते दिन चंडीगढ़ विच गिप्पी गरेवाल ने अपनी अपकमिंग फिल्म शावनी गिरदारी लाल दे चलदे प्रेस कॉन्फ्रेंस रखी, जिस विच फिल्म शावनी गिरदारी लाल दी स्टार कास्ट मीडिया दे रूबरू हुई ते मीडिया दे सवालां दे दिते जवाब। इस फिल्म दे एक्सपीरियंसेस एंड मीडिया दे सवालां दे जवाबां दे नाल नाल उन्होंने इस फिल्म दे होर भी कई पहलू दिखाए। इस प्रेस कॉन्फ्रेंस दे विच गिप्पी गरेवाल, गुरप्रीत कुग्गी, करमजीत अनमोल, सारा गुरपाल, हिमांशी खुराना, तनु गरेवाल, अक्षिता पाना वर्गे कलाकार पहुंचे। इस प्रेस कॉन्फ्रेंस दे विच गिप्पी गरेवाल दे नाल नाल बाकी कलाकारां ने भी खुल के मीडिया दे सवालां दे दिते जवाब। सत श्री अकाल जी, पहला तो सारे जी है बिल्कुल जी, क्योंकि जो वॉर्निंग करैक्टर सीगा वो बहुत अलग सीगा जी, एक गिरधारी लाल बहुत ही डिफरेंट करैक्टर है जी, बड़ा सच्चा जिहा करैक्टर, पिंडां च कह दिंदे आ कि बुग करैक्टर, इहनूं हिसाब नहीं गा बोलण दा, पर जो बोलदा दिल तो ही बोलदा वा, है ना, तो उस तरह का करैक्टर आ। तो कुड़ी लभ रहा अपने लिए, ਜਿਹੜੀ ਲੱਭਦੀ ਆ ਉਹਦੇ ਨਾਲ ਪਿਆਰ ਹੋ ਜਾਂਦਾ, ਹੈ ਨਾ, ਉਸ ਤਰ੍ਹਾਂ ਦੀ ਕਹਾਣੀ ਹੈ ਜੀ। ਤੇ ਫਿਲਮ ਦੇ ਨਾਲ ਬੜੇ ਜਿਹੜੇ ਨਾਮ ਨੇ ਉਹ ਵੀ ਵਾਇਰਲ ਹੋ ਰਹੇ ਨੇ, ਗਿਰਧਾਰੀ ਲਾਲ ਨੌਵੀਂ ਪਿੰਡਾਂ ਦਾ ਚੱਲਦਾ ਸੀ ਪੁਰਾਣਾ ਜਨਾਮ, ਹੁਣ ਮੈਨੂੰ ਲੱਗਦਾ ਪਿੰਡਾਂ 'ਚ ਜਿਹੜੇ ਗਿਰਧਾਰੀ ਲਾਲ ਸਭ ਕੁਛ ਫੇਮਸ ਆ, ਕੁਲਜੀਤਾ ਹੈ ਤਾਂ ਲੱਗਦਾ ਪੁਰਾਣੇ ਨਾਮ, ਹੁਣ ਜਿਹੜੀ ਕੁਲਜੀਤਾ ਨੇ ਸਭ ਨੂੰ ਫੇਮਸ ਆ, ਹੁਣ ਤਾਂ ਉਹ ਪ੍ਰਿੰਟ ਵੀ ਹੁਣ ਤਾਂ ਵੀ ਵਾਇਰਲ ਹੋ ਰਹੇ, ਕੁੜੀ ਦੇ ਕੱਪੜੇ ਦੇ ਵਿੱਚ ਫੇਰ ਕਿਸੇ ਨਾਮ ਦੀ ਤੇ ਪ੍ਰਿੰਟ ਆ ਜਾਂਦੇ। ਪਹਿਲੇ ਤਾਂ ਸਾਰਿਆਂ ਨੇ ਬਹੁਤ ਬਹੁਤ ਥੈਂਕਸ ਜੀ ਆਏ ਸਾਰਿਆਂ ਨੇ ਸਾਨੂੰ ਮਿਲਣ ਵਾਸਤੇ। ਦੂਸਰਾ ਸੈੱਟ ਦੇ ਉੱਤੇ ਨਾ ਬੜਾ ਜ਼ਿਆਦਾ ਮੈਂ ਬਹੁਤ ਘਬਰਾਈ ਹੋਈ ਸੀ, ਟੂ ਬੀ ਵੈਰੀ ਓਨੈਸਟ, ਕਿਉਂਕਿ ਮੈਂ ਗਿੱਪੀ ਜੀ ਨੂੰ ਪਹਿਲੇ ਹੀ ਸੈੱਟ 'ਤੇ ਕਹਿਤਾ ਸੀਗਾ ਕਿ ਇਹ ਮੇਰਾ ਫਸਟ ਐਕਸਪੀਰੀਅੰਸ ਹੋਏਗਾ ਐਜ਼ ਅ ਫਿਲਮ, ਫਿਲਮ ਦੇ ਉੱਤੇ ਕੰਮ ਕਰਨ ਦਾ, ਤਾਂ ਮੈਨੂੰ ਕਿਤੇ ਵੀ ਤੁਹਾਨੂੰ ਲੱਗਿਆ ਕਿ ਮੈਂ ਗਲਤ ਕਰ ਰਹੀ ਹਾਂ ਤਾਂ ਤੁਸੀਂ ਮੈਨੂੰ ਪਲੀਜ਼ ਗਾਈਡ ਕਰ ਦਿਓ, ਅਤੇ ਸੈੱਟ ਦੇ ਉੱਤੇ ਉਹਨਾਂ ਨੇ ਉੱਦਾਂ ਹੀ ਗਾਈਡ ਕੀਤਾ, ਔਰ ਉਵੇਂ ਹੀ, ਔਰ ਮੈਨੂੰ ਪਤਾ ਹੀ ਨਹੀਂ ਚੱਲਿਆ ਕੀ ਹੋਇਆ ਸੈੱਟ 'ਤੇ, ਕਿੱਦਾਂ ਹੋਇਆ, ਕਿਵੇਂ ਸ਼ੂਟ ਖਤਮ ਹੋਇਆ, ਕੁਛ ਮਤਲਬ ਮੇਰੀ ਮੈਮਰੀ 'ਚ ਵੀ ਵਾਸ਼ ਹੋ ਗਿਆ, ਕਿਉਂਕਿ ਉਹਨਾਂ ਨੇ ਇੰਨਾ ਈਜ਼ੀ ਟੂ ਗੋ ਸੀਗਾ ਸਭ ਸ਼ੂਟ ਕਰਨਾ, ਔਰ ਬੜਾ ਸਭ ਤੋਂ ਜ਼ਿਆਦਾ ਬਹੁਤ ਜ਼ਿਆਦਾ ਕਮੈਂਡੇਬਲ ਚੀਜ਼ ਜੋ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇੰਨੇ ਆਰਟਿਸਟ ਔਰ ਉਹਨਾਂ ਨੂੰ ਇੰਨਾ ਟਾਈਮ ਮੈਨੇਜ ਕਰਨਾ, ਔਰ ਉਹਨਾਂ ਦੀ ਡੇਟਸ ਤੋਂ ਲੈ ਕੇ ਉਹਨਾਂ ਦੇ ਇੱਕ ਵੀ ਦਿਨ ਮਤਲਬ ਵੇਸਟ ਨਹੀਂ, ਇੱਕ ਵੀ ਘੰਟਾ ਵੇਸਟ ਨਹੀਂ, ਟਾਈਮ ਮੈਨੇਜਮੈਂਟ, ਇਹਦੇ ਪਿੱਛੇ ਜੋ ਟੀਮ ਵਰਕ ਕਰ ਰਹੀ ਸੀਗੀ ਉਹ ਬਹੁਤ ਹੀ ਜ਼ਿਆਦਾ ਕਮੈਂਡੇਬਲ ਸੀਗਾ, ਉਹ ਬਹੁਤ ਹੀ ਜ਼ਿਆਦਾ ਜਿਹਦੀ ਜਿਸ ਚੀਜ਼ 'ਤੇ ਵਰਕ ਕੀਤਾ ਗਿਆ ਸੀਗਾ ਕਿ ਇਸ ਸ਼ੂਟ ਨੂੰ ਜਲਦੀ ਕਿਵੇਂ ਫਿਨਿਸ਼ ਕਰਨਾ ਹੈ, ਟਾਈਮ ਦੇ ਨਾਲ ਕਿਵੇਂ ਕਰਨਾ ਹੈ, ਔਰ ਗਿੱਪੀ ਜੀ ਆਲਰੇਡੀ ਦੋ ਜੋਬਸ ਕਰ ਰਹੇ ਸੀ, ਤੁਸੀਂ ਦੇਖ ਸਕਦੇ ਹੋ ਸਕਰੀਨ ਪ੍ਰੈਜੈਂਸ ਸਭ ਤੋਂ ਜ਼ਿਆਦਾ ਇਹਨਾਂ ਦੀ ਹੈ, ਔਰ ਭੱਜ ਕੇ ਆ ਕੇ ਫਿਰ ਸਕਰੀਨ ਦੇ ਉੱਤੇ ਆਪਣਾ ਸੀਨ ਦੇਖਣਾ, ਸੋ ਮਤਲਬ ਇਹ ਆਫ ਕੈਮਰਾ ਬਹੁਤ ਮਿਹਨਤ ਵਾਲੀ, ਮੇ ਬੀ ਸ਼ਾਇਦ ਦੇਖਣ 'ਚ ਤੁਹਾਨੂੰ ਸਿੰਪਲ ਲੱਗੇਗੀ, ਬਟ ਆਫ ਕੈਮਰਾ ਬਹੁਤ ਮਿਹਨਤ ਹੈ, ਬਹੁਤ ਜ਼ਿਆਦਾ ਸੀ। ਜੀ ਜੀ ਰਾਈਟ, ਉਹ ਤਾਂ ਅਸੀਂ ਮੇਕਿੰਗ ਦੇ ਵਿੱਚ ਵੇਖ ਹੀ ਲਿਆ ਕਿ ਕਿੰਨੀ ਮਿਹਨਤ ਸਰ ਵੱਲੋਂ ਕੀਤੀ ਗਈ, ਅਤੇ ਪੂਰੀ ਸਟਾਰ ਕਾਸਟ ਨੇ ਕਿੰਨੀ ਜ਼ਿਆਦਾ ਸਪੋਰਟਿਵਲੀ ਆਪਣਾ ਹਰ ਸੀਨ ਕੀਤਾ ਹੈ। ਸੋ ਗੁਰਪ੍ਰੀਤ ਕਰਕੇ ਸਰ ਜੀ ਸਾਡੇ ਨਾਲ ਮੌਜੂਦ ਨੇ। ਸਰ, ਨੋਰਮਲੀ ਆਪਾਂ ਤੁਹਾਨੂੰ ਵੇਖਦੇ ਹਾਂ ਜਦੋਂ ਲੋਕ ਇਮੈਜਿਨ ਕਰਦੇ ਕਿ ਗੁਰਪ੍ਰੀਤ ਕੁੱਗੀ ਜੀ ਕਿਸੇ ਫਿਲਮ ਦੇ ਵਿੱਚ ਹੋਣਗੇ, ਓਕੇ ਕਾਮੇਡੀ ਹੋਏਗੀ, ਪੰਚ ਹੋਏਗਾ, ਲੇਕਿਨ ਇੱਥੇ ਸਾਡਾ ਹੱਸਦਾ ਖੇਡਦਾ ਮੁੰਡਾ, ਉਹਨੂੰ ਤੁਸੀਂ ਪੈਰ ਹੀ ਲਵਾਤਾ ਹੈ, ਮਤਲਬ ਫਿਲਮ ਦੇ ਵਿੱਚ ਜਿਹੜਾ ਤੁਹਾਡਾ ਕਿਰਦਾਰ ਹੈ ਦੇਖਣ ਨੂੰ ਲੱਗ ਰਿਹਾ ਕਿ ਅੜਬ ਜਿਹਾ ਹੋਏਗਾ, ਲੇਕਿਨ ਪਲੀਜ਼ ਥੋੜ੍ਹਾ ਜਿਹਾ ਇਲੈਬੋਰੇਟ ਕਰੋ ਕਿ ਕਿਰਦਾਰ ਕਿਸ ਤਰ੍ਹਾਂ ਦਾ ਵੇਖਣ ਨੂੰ ਮਿਲੇਗਾ। ਗਿੱਪੀ ਮੇਰਾ ਛੋਟਾ ਭਰਾ ਹੈ, ਉੱਦਾਂ ਕਦੀ ਇਹਨੇ ਪੈਰੀਆਂ 'ਤੇ ਲਾਇਆ ਨਹੀਂ, ਮੈਂ ਫਿਲਮ 'ਚ ਲਵਾ ਲਿਆ, ਪਰ ਦੇਖੋ ਫਿਲਮ ਦੇ ਵਿੱਚ ਵੀ ਜਿਹੜਾ ਕਰੈਕਟਰ ਹੈ ਨਾ ਕਿਰਦਾਰੀ ਦਾ, ਉੱਥੇ ਜਾ ਕੇ ਮੈਨੂੰ ਉਹ ਚੀਜ਼ ਯਾਦ ਆਉਂਦੀ ਜਦੋਂ ਇੱਕ ਗੁਰਬਾਣੀ ਦਾ ਕੋਟ ਹੈ, ਉਹ ਜ਼ਿੰਦਗੀ 'ਚ ਚੀਜ਼ਾਂ ਸਾਡੇ ਬਹੁਤ ਕੰਮ ਆਉਂਦੀਆਂ, ਫਿਲਮ ਵੀ ਇੱਕ ਜ਼ਰੀਆ ਹੁੰਦਾ ਲੋਕਾਂ ਨੂੰ ਮੈਸੇਜ ਦੇਣ ਦਾ। ਗੁਰਬਾਣੀ ਦਾ ਕੋਟ ਹੈ ਕਿ 900 ਗੌਰਾ ਹੋਏ, ਜਿਹਨੂੰ ਝੁਕਣਾ ਆ ਗਿਆ, ਜਿਹਨੂੰ ਲਿਫਣਾ ਆ ਗਿਆ, ਜਿਹਨੂੰ ਝੁੱਕ ਕੇ ਚੱਲਣਾ ਆ ਗਿਆ, ਉਹੀ ਜ਼ਿੰਦਗੀ ਦੇ ਘੋੜੇ 'ਤੇ ਸ਼ਾਹ ਸਵਾਰ ਬਣ ਕੇ ਸਫ਼ਰ ਕਰ ਸਕਦਾ। ਉਹ ਕਰੈਕਟਰ ਜਿਹੜਾ ਨਾ ਗਿਰਧਾਰੀ ਲਾਲ, ਬੜਾ ਜਿੱਦਾਂ ਦੱਸਿਆ ਬੁੱਗ ਜਿਹਾ ਕਰੈਕਟਰ ਪੋਰਟਰੇ ਕੀਤਾ ਉਹਨੂੰ ਫਿਲਮ ਦੇ ਵਿੱਚ, ਬੜਾ ਸਿੰਪਲ ਸਧਾਰਨ ਪਿੰਡ ਦਾ ਇੱਕ ਅੱਲੜ ਜਿਹਾ ਨੌਜਵਾਨ, ਬਟ ਇੱਕ ਮੂਮੈਂਟ 'ਤੇ ਜਾ ਕੇ ਜਿਹੜੀ ਉਹਦੀ ਮਨਾ ਮੋਈ ਸੈਲਫ ਰਿਸਪੈਕਟ ਅੰਦਰ ਦਿਸਦੀ ਹੈ ਨਾ,
ਉਹ ਬਹੁਤ ਵੱਡੀ ਚੀਜ਼ ਉਸ ਇੱਕ ਪਰਟੀਕੁਲਰ ਸੀਨ 'ਚ ਪਤਾ ਲੱਗਦਾ ਕਿ ਅੰਦਰੋਂ ਹਰ ਬੰਦਾ ਉਹ ਸਮਾਜ ਦੇ ਕਿਸੇ ਵੀ ਪਹਿਲੂ 'ਤੇ ਹੋਵੇ ਕਿਸੇ ਮਕਾਮ 'ਤੇ ਖੜਾ ਹੋਵੇ ਉਹ ਫਰਸ਼ 'ਤੇ ਆ ਉਹ ਅਰਸ਼ 'ਤੇ ਆ ਪਰ ਹਰ ਬੰਦੇ ਦੇ ਅੰਦਰ ਇੱਕ ਚੀਜ਼ ਜ਼ਰੂਰ ਜ਼ਿੰਦਾ ਹੁੰਦੀ ਹੈ ਉਹ ਹੁੰਦੀ ਸੈਲਫ ਰਿਸਪੈਕਟ ਉਹ ਕਦੇ ਉਹਨੂੰ ਸਾਬਤ ਕਰ ਪਾਉਂਦਾ ਕਦੇ ਨਹੀਂ ਕਦੇ ਬਾਹਰ ਪ੍ਰੂਵ ਕਰ ਪਾਉਂਦਾ ਕਦੇ ਨਹੀਂ ਕਰ ਪਾਉਂਦਾ ਪਰ ਉਹ ਇੱਕ ਹਰ ਬੰਦੇ ਦੇ ਅੰਦਰ ਹੁੰਦੀ ਜਾਂ ਦੁਨੀਆ ਦੇ ਹਰ ਜ਼ਿੰਦਾ ਇਨਸਾਨ 'ਚ ਇੱਕ ਸੈਲਫ ਰਿਸਪੈਕਟ ਹੁੰਦੀ ਹੈ ਉਸ ਪਰਟੀਕੁਲਰ ਸੀਨ ਦੇ ਵਿੱਚ ਉਹ ਜਿਹੜੀ ਸੈਲਫ ਰਿਸਪੈਕਟ ਗਿਰਦਾਰੀ ਦੀ ਜਾਗਦੀ ਹੈ ਔਰ ਉਹ ਰਿਵੋਲਟ ਕਰਨਾ ਚਾਹੁੰਦਾ ਪਰ ਫਿਰ ਆਪਣੇ ਪਰਿਵਾਰ ਦੀ ਖਾਤਰ ਆਪਣੀ ਭੈਣ ਦੀ ਖਾਤਰ ਆਪਣੇ ਜੀਆਂ ਦੀ ਖਾਤਰ ਆਪਣੇ ਘਰ ਦੀ ਇੱਜ਼ਤ ਦੀ ਖਾਤਰ ਉਹ ਜਦੋਂ ਝੁਕਦਾ ਨਾ ਮੇਰੇ ਖਿਆਲ ਨਾਲ ਦੈਟ ਵੁੱਡ ਬੀ ਦਾ ਬੈਸਟ ਮੂਮੈਂਟ ਆਫ ਦਾ ਮੂਵੀ ਜਦੋਂ ਉਹ ਜਿਹੜਾ ਸੀਨ ਤੁਸੀਂ ਉਹਨਾਂ ਦੇ ਵਿੱਚ ਦੇਖਿਆ ਸੀ ਸੋ ਗਿਰਧਾਰੀ ਲਾਲ ਇੱਕ ਕੋਈ ਬੁੱਕ ਕਰੈਕਟਰ ਨਹੀਂ ਹੈ ਉਹ ਸਮਾਜ ਦੇ ਇੱਕ ਸਾਦੇ ਦੇਸੀ ਇਨਸਾਨ ਨੂੰ ਰਿਪ੍ਰਜੈਂਟ ਕਰ ਰਿਹਾ ਅਸੀਂ ਇੱਕ ਆਮ ਸਧਾਰਨ ਇਨਸਾਨ ਨੂੰ ਜ਼ਿੰਦਗੀ 'ਚ ਕਿਵੇਂ ਲੈਂਦੇ ਹਾਂ ਜਦ ਤੱਕ ਉਹ ਆਪਣੀ ਕੋਈ ਖੂਬੀ ਸਾਬਤ ਨਾ ਕਰ ਦੇਵੇ ਜਾਂ ਜਦ ਤੱਕ ਆਪਣੇ ਆਪ ਨੂੰ ਤੁਹਾਡੇ ਤੋਂ ਵੱਡਾ ਨਾ ਸਾਬਤ ਕਰ ਦੇਵੇ ਅਸੀਂ ਉਦੋਂ ਤੱਕ ਉਹਨੂੰ ਵੱਡਾ ਹੀ ਨਹੀਂ ਸਮਝਦੇ ਸਾਡੀ ਪ੍ਰੋਬਲਮ ਹੀ ਇਹ ਹੈ ਅਸੀਂ ਵੱਡਾ ਹੀ ਉਹਨੂੰ ਸਮਝਦੇ ਜਿਹੜਾ ਸਾਡੀ ਧੌਣ 'ਤੇ ਗੋਡਾ ਰੱਖ ਲੈਂਦਾ ਜਿਹੜਾ ਬੰਦਾ ਸ਼ਰੀਫ ਹੈ ਅਸੀਂ ਉਹਨੂੰ ਸਮਝਦੇ ਹਾਂ ਕਿ ਇਹ ਬੁੱਕ ਹੈ ਸੋ ਇਹ ਉਸ ਕਰੈਕਟਰ ਦੀ ਰਿਪ੍ਰਜੈਂਟੇਸ਼ਨ ਹੈ ਗਿਰਧਾਰੀ ਲਾਲ ਗਿਰਧਾਰੀ ਲਾਲ ਇੱਕ ਸਿੱਧੀ ਸਾਦੀ ਜ਼ਿੰਦਗੀ ਜੀਣ ਦਾ ਸ਼ੌਕੀਨ ਆਦਮੀ ਹੈ ਜਿਹਦੀਆਂ ਸਤਰਾਂ ਚਾਹ ਸਾਰੇ ਅੰਦਰ ਹੈਗੇ ਨੇ ਪਰ ਉਹ ਮਲੰਗ ਹੈ ਮੌਲਾ ਫਕੀਰ ਆਦਮੀ ਹੈ ਸੋ ਉਸ ਕਰੈਕਟਰ ਨੂੰ ਗਿੱਪੀ ਨੇ ਇੰਨਾ ਸੋਹਣਾ ਪੋਰਟਰੇ ਕੀਤਾ ਇਹਦੇ ਵਿੱਚ ਇੰਨਾ ਸੋਹਣਾ ਪਰਫਾਰਮ ਕੀਤਾ ਮੈਂ ਕਿਉਂਕਿ ਅਸੀਂ ਡੇ ਵਨ ਤੋਂ ਇਕੱਠੇ ਕੰਮ ਕਰ ਰਹੇ ਹਾਂ ਮੈਂ ਗਿੱਪੀ ਦੇ ਇਹਦੀ ਗਰੋਥ ਨੂੰ ਦੇਖਿਆ ਜਿੱਦਾਂ ਜਿੱਦਾਂ ਇਹਨੇ ਆਪਣੇ ਆਪ ਨੂੰ ਗਰੂਮ ਕੀਤਾ ਜਿੱਦਾਂ ਜਿੱਦਾਂ ਆਪਣੇ ਆਪ ਨੂੰ ਇਹਨਾਂ ਨੇ ਨਿਖਾਰਿਆ ਸਾਡੀ ਫਿਲਮਾਂ ਦੇ ਵਿੱਚ ਪਰਫੋਰਮੈਂਸਿਸ ਇਹ ਮੇਰੇ ਖਿਆਲ ਨਾਲ ਗਿੱਪੀ ਦਾ ਨੈਕਸਟ ਲੈਵਲ ਹੋਏਗਾ ਪਰਫੋਰਮੈਂਸ ਦਾ ਕਿਉਂਕਿ ਮੈਂ ਐਕਟਰ ਹਾਂ ਮੈਂ ਸਟੇਜ ਕੀਤੀ ਮੈਂ ਥੀਏਟਰ ਕੀਤਾ ਫਿਲਮਾਂ ਇੰਨੀਆਂ ਕੀਤੀਆਂ ਮੈਂ ਅਤੇ ਕਰਮਜੀਤ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਤੁਹਾਨੂੰ ਇਹ ਕਰੈਕਟਰ ਕਰਨ ਵਾਸਤੇ ਗਿੱਪੀ ਤੋਂ ਬਾਹਰ ਆਉਣਾ ਪਏਗਾ ਉਸ ਸ਼ੈਲ 'ਚੋਂ ਬਾਹਰ ਨਿਕਲ ਕੇ ਪਰਫੋਰਮ ਕਰਨਾ ਪਏਗਾ ਵਿਚ ਹੀ ਡਿਡ ਸੋ ਵੈਲ ਇੱਕ ਵਾਰੀ ਤਾਲੀਆਂ ਗਿੱਪੀ ਹੋਣਾ ਵਾਸਤੇ ਕਿਉਂਕਿ ਐਕਟਰ ਇਸ ਚੀਜ਼ ਦੇ ਫਰਕ ਨੂੰ ਸਮਝ ਸਕਦਾ ਹੈ ਕਿ ਜਦੋਂ ਮੈਂ ਨਾ ਲੱਗਾਂ ਉਹ ਕਰੈਕਟਰ ਲੱਗੇ ਮੋਸਟਲੀ ਫਿਲਮਾਂ ਦੇ ਵਿੱਚ ਹੀਰੋ ਉਹੀ ਲੱਗਦਾ ਹੁੰਦਾ ਜੋ ਉਹਦਾ ਨਾਮ ਹੁੰਦਾ ਗਿੱਪੀ ਗਰੇਵਾਲ ਤਾਂ ਗਿੱਪੀ ਗਰੇਵਾਲ ਹੈ ਦਿਲਜੀਤ ਹੈ ਦਿਲਜੀਤ ਹੈ ਪਰ ਕੁਛ ਕਰੈਕਟਰ ਐਸੇ ਆਉਂਦੇ ਨੇ ਜਦੋਂ ਤੁਹਾਨੂੰ ਆਪਣੇ 'ਚੋਂ ਬਾਹਰ ਨਿਕਲ ਕੇ ਪਰਫੋਰਮ ਕਰਨੇ ਪੈਂਦੇ ਆ ਔਰ ਗਿੱਪੀ ਨੇ ਉਹ ਕੀਤਾ ਮੈਂ ਬਹੁਤ ਬਹੁਤ ਮੁਬਾਰਕ ਦਿੰਦਾ ਔਰ ਗੁੱਡ ਵਿਸ਼ਿਜ਼ ਦਿੰਦਾ ਗਿੱਪੀ ਉਹਨਾਂ ਨੂੰ ਫਿਊਚਰ ਵਾਸਤੇ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਅਤੇ ਕਰਮਜੀਤ ਅਨਮੋਲ ਸਰ ਸਾਡੇ ਨਾਲ ਮੌਜੂਦ ਨੇ ਅਸੀਂ ਹੁਣੇ ਇੰਸਟਾਗ੍ਰਾਮ 'ਤੇ ਇੱਕ ਰੀਲ ਵੇਖੀ ਸੀ ਤੁਸੀਂ ਜਿਹੜੇ ਬਣਾ ਰਹੇ ਸੀ ਰਾਜ ਧਾਲੀਵਾਲ ਮੈਮ ਦੇ ਨਾਲ ਅਤੇ ਗਿੱਪੀ ਸਰ ਉੱਥੇ ਵੀ ਦੱਸ ਰਹੇ ਸੀ ਕਿ ਇਸ ਤਰ੍ਹਾਂ ਆਪਾਂ ਇਹਨੂੰ ਹੋਰ ਇੰਪਰੋਵਾਈਜ਼ ਕਰ ਸਕਦੇ ਹਾਂ ਤਾਂ ਤੁਹਾਡੀ ਬੌਂਡਿੰਗ ਜਿਹੜੀ ਨਾ ਹਮੇਸ਼ਾ ਆਫਸੈਟ ਆਨਸੈਟ ਵੇਖਣ ਨੂੰ ਮਿਲਦੀ ਹੈ ਅਤੇ ਗੁਰਪ੍ਰੀਤ ਕੁੱਕੀ ਗਿੱਪੀ ਗਰੇਵਾਲ ਕਰਮਜੀਤ ਅਨਮੋਲ ਇਹ ਤਿੰਨ ਨਾਮ ਜਦੋਂ ਕਿਸੇ ਫਿਲਮ ਦੇ ਨਾਲ ਜੁੜ ਜਾਣਾ ਤਾਂ ਤਿਆਰ ਹੁੰਦੇ ਲੋਕ ਕਿ ਜਦੋਂ ਅਸੀਂ ਥੀਏਟਰ ਤੋਂ ਬਾਅਦ ਆਵਾਂਗੇ ਲਾਲ ਹੋ ਗਏ ਸਾਡੀ ਗੱਲਾਂ ਹੱਸ ਹੱਸ ਕੇ ਜਿਹੜਾ ਮੂੰਹ ਦੁੱਖ ਰਿਹਾ ਹੁਣ ਸੋ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਹਿੰਦਾ ਹਰ ਵਾਰ ਸਰ ਅਤੇ ਇਸ ਵਾਰ ਕੀ ਵੱਖਰਾ ਸੀ ਬਹੁਤ ਵਧੀਆ ਰਹਿੰਦਾ ਜੀ ਹਮੇਸ਼ਾ ਹਾਂ ਹਾਂ ਵਧੀਆ ਦੇਖੋ ਇਹ ਬੰਦਾ ਬਦਨਾਮ ਕਰਦੇ ਰਹਿੰਦਾ ਹਰ ਇੱਕ ਨੂੰ ਔਰ ਅਸੀਂ ਅੱਜ ਤੋਂ ਨਹੀਂ ਫਿਲਮਾਂ ਬਣਾਉਣ ਤੋਂ ਪਹਿਲਾਂ ਵੀ ਅਸੀਂ ਕਾਫੀ ਇਕੱਠੇ ਰਹੇ ਹਾਂ ਭਾਅ ਜੀ ਉਹਨਾਂ ਨੂੰ ਦੇ ਨਾਲ ਵੀ ਕੰਮ ਕੀਤਾ ਇਹਨਾਂ ਦੀ ਰਹਿਨੁਮਾਈ ਹੇਠ ਵੀ ਕੰਮ ਕੀਤਾ ਜਦੋਂ ਅਸੀਂ ਹੱਸਦੇ ਸੁਣਦੇ ਰੋ ਕਰਦੇ ਸੀ ਬਹੁਤ ਕੁਝ ਸਿੱਖਿਆ ਭਾਅ ਜੀ ਉਹਨਾਂ ਤੋਂ ਸੋ ਮਾੜੀ ਜਿਹੀ ਵੀ ਕੋਈ ਪਰਫੋਰਮੈਂਸ ਦੇ ਵਿੱਚ ਕੋਈ ਢਿੱਲ ਹੁੰਦੀ ਸੀ ਤਾਂ ਬੜੇ ਬਾਖੂਬੀ ਤਰੀਕੇ ਦੇ ਨਾਲ ਉਹਨੂੰ ਦੱਸਦੇ ਸੀ ਕਿ ਵੀ ਇਹਨੂੰ ਥੋੜ੍ਹਾ ਹੋਰ ਠੀਕ ਕਰ ਸਕਦੇ ਹੋ ਔਰ ਬਾਕੀ ਜਦੋਂ ਦੇ ਫਿਲਮਾਂ 'ਚ ਆਇਆ ਅਸੀਂ ਇਕੱਠੇ ਹੀ ਹਾਂ ਔਰ ਬਹੁਤ ਵਧੀਆ ਇੱਕ ਦੂਜੇ ਨੂੰ ਕੰਪਲੀਮੈਂਟ ਵੀ ਕਰਦੇ ਹਾਂ ਸੋ ਕਈ ਫਿਲਮਾਂ ਨੇ ਜਿਹੜੀਆਂ ਬਹੁਤ ਆਊਟ ਐਂਡ ਆਊਟ ਕਾਮੇਡੀ ਹੈ ਸੋ ਇਹ ਫਿਲਮ ਵੀ ਉਹਨਾਂ 'ਚੋਂ ਇੱਕ ਹੈ ਔਰ ਇਹਦੇ ਵਿੱਚ ਇਹ ਹੈ ਕਿ ਜਿਵੇਂ ਭਾਅ ਜੀ ਨੇ ਕਿਹਾ ਕਿ ਗਿੱਪੀ ਗਿੱਪੀ ਨਹੀਂ ਲੱਗਦਾ ਗਿੱਪੀ ਉਹ ਗਿਰਧਾਰੀ ਲਾਲ ਹੀ ਲੱਗਦਾ ਔਰ ਬਹੁਤ ਸੋਹਣਾ ਪਰਫੋਰਮ ਕੀਤਾ ਔਰ ਪੂਰੀ ਟੀਮ ਦੀ ਐਫਰਟ ਹੈ ਤਾਸ਼ ਦੇ ਪੱਤੇ ਬਵੰਜਾ ਹੁੰਦੇ ਅਤੇ 52 ਕਲਾਕਾਰ ਹੈ ਇਹਦੇ 'ਚ ਸੋ ਸਾਰੇ ਕਲਾਕਾਰ ਮੰਜੇ ਹੋਏ ਕਲਾਕਾਰ ਨੇ ਸਾਰੇ ਬੋਲੀ ਦਾ ਹਾਸਾ ਦੇਖੋਗੇ ਤੁਸੀਂ ਇਹਦੇ 'ਚ ਅਜੀਬ ਕਿਸਮ ਦਾ ਬੜਾ ਹਾਸਾ ਹੋਊਗਾ ਉਹ ਹੱਸਦੇ ਤੋਂ ਬਾਕੀ ਸਾਰੀਆਂ ਹੀਰੋਇਨਾਂ ਬੈਠੀਆਂ ਇੱਕ ਹੀਰੋਇਨ ਮੇਰੇ ਹਿੱਸੇ ਵੀ ਆਈ ਹੋਈ ਹੈ ਨਾਲ ਬਿਠਾਈ ਅੱਜ ਸੋ ਬਹੁਤ ਵਧੀਆ ਫਿਲਮ ਹੈ ਜੀ ਜਦੋਂ ਦੇਖੋਗੇ ਤੁਹਾਨੂੰ ਬਹੁਤ ਮਜ਼ਾ ਆਊਗਾ ਥੈਂਕ ਯੂ ਜੀ ਸਾਰੇ ਇੰਤਜ਼ਾਰ ਕਰ ਰਹੇ ਨੇ 17 ਦਸੰਬਰ ਦਾ ਜਦੋਂ ਫਿਲਮ ਹੋਏਗੀ ਰਿਲੀਜ਼ ਅਤੇ ਸਾਡੇ ਨਾਲ ਅਕਸ਼ਿਤ ਮੈਮ ਵੀ ਮੌਜੂਦ ਨੇ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਕਰਮਜੀਤ ਸਰ ਦੀ ਵਾਈਫ ਦਾ ਕਿਰਦਾਰ ਨਿਭਾਇਆ ਨੋਰਮਲੀ ਸੈੱਟ 'ਤੇ ਜਦੋਂ ਇੰਨਾ ਜ਼ਿਆਦਾ ਹਾਸਾ ਪੈ ਰਿਹਾ ਤਾਂ ਕੋਈ ਸੀਰੀਅਸ ਸੀਨ ਦੇਣਾ ਵੀ ਔਖਾ ਹੋ ਜਾਂਦਾ ਲੇਕਿਨ ਜਦੋਂ ਤੁਸੀਂ ਕੋਈ ਵੀ ਸੀਨ ਕਰਦੇ ਸੀ ਤਾਂ ਕੀ ਹੁੰਦਾ ਸੀ ਮਤਲਬ ਆਸ ਪਾਸ ਜਿਹੜੇ ਹੈਗੇ ਨੇ ਪਹਿਲਾਂ ਤਾਂ ਭਾਈ ਥੋੜ੍ਹਾ ਨੋਰਮਲ ਮਾਹੌਲ ਕਰੋ ਉਸ ਤੋਂ ਬਾਅਦ
सीन करना क्योंकि नॉर्मली होता है कि जो सैट तो कहते हैं अगर करमजीत अनमोल भाजी ना लेना सीन करना औखा रहना उन्होंने हंसाते रहना गुरप्रीत घुग्गी ना उन्होंने हंसाते रहना सो थोड़ा एक्सपीरियंस किस तरह का रहा ऑफ सैट बहुत वधिया एक्सपीरियंस रहा हसाते तो रहेंगे आने भी हसाते रहते हैं सैट पर भी हसाते रहते बट जो कैमरा रोल हो जाता एक्शन हो जाता सारे अपने करैक्टर पहुँच जाते हैं तो जो असी करना है वो असी करते हैं हसता खेडा ऑफ कैमरा से चलता रहता है तो मेरा एक्सपीरियंस बहुत वधिया सीगा मेरी फर्स्ट फिल्म है हंबल पिक्चर्स नाल तो थोड़ा जिहा डर मैनू भी सीगा क्योंकि बहुत वड्डा नाम है फर्स्ट टाइम मैं काम कर रही थी तो बट इन्ना फैमिलियर माहौल सीगा सारे गिप्पी सर सारी इन्हां दी टीम सारे ने इन्ना मतलब साथ दिता कोऑपरेट किया कदे भी कोई प्रॉब्लम आती सी कोऑपरेट करते सीगे तो सैट ते सानू सीरियसली पता नहीं लग्या कदों शूट खत्म हो गई है तो ये मूवी का मैं जिहड़ा एक्सपीरियंस किया सब तो वधिया गल मैनू इह लगी कि कई बार असी कई छोटा बंदा हुंदा है असी उहदी ना गल नहीं सीरियस लैंदे नहीं आ असी सोचते नहीं है कि वह कोई चंगी गल कह सकता है या चंगी गल बोल सकता है बट किसी भी छोटा नहीं समझना चाहिए किसी मतलब वो ध्यान देना चाहिए वो गल कई बार छोटा बंदा भी कोई इदा की गल कह जाता जी थोड़ा बहुत कुछ सिखा जाती है थोड़े दिल से लग जाती है तो मैं लगता सारे इस मूवी चो यही मैसेज मिलेगा कि किसी को अंडर एस्टीमेट नहीं करना चाहिए थैंक यू थैंक यू सो मच पाना सर भी साढ़े मौजूद नहीं हंबल मोशन पिक्चर्स जिस तरह मैम ने दसिया कि एक बड़ा नाम है हर किसी का सुपना होंगे कि असी सिर्फ ब्रांड के नाल जुड़िए कोई छोटा मोटा किरदार ही कर लीए लेकिन तुम एक ही फिल्म के इन्ने स्टार्स जड़े ने एड ऑन किए हैं तो एड्डी वड्डी जिम्मेवारी अपने मोढ़िया से लीती है सो हूँ फाइनली फिल्म खत्म हो चुकी हूँ तुम अपना एक्सपीरियंस दस सकते हो किन्ने किन्ना दुखी किया किन्ने किन्ना सुखी किया सत श्री अकाल जी सारे जी आयान हंबल मोशन पिक्चर से हंबल म्यूजिकल धन्यवाद सारे जिदा कि तुम हमेशा साड़िया फिल्मों प्यार दें उम्मीद है कि इनू भी इदा दोगे तो मेरे जिदा भंगड़ा पाने का रोल आया जी वो तुम देख लो थिएटर से जाके मैं कि वधिया भंगड़ा पाना है थैंक यू तुहाडा सारिआं दा जी फिल्म के एक हीरोइन होंगी तो अभी डिसाइड कर लें मॉडर्न होएगी या पेंटू होएगी या इस तरह चलाक होएगी भोली होएगी लेकिन तुहानू जो इस कैरेक्टर की डिस्क्रिप्शन दी गई थी तो सब तो पहले तुम की दसा गया तुहाडा किरदार किस तरह का होएगा सब तो पहले सारे सत श्री अकाल थैंक यू एवरी वन फॉर कमिंग जो मैं इस करैक्टर बारे या फिल्म बारे जो मेरे फोन आया तो गल हुई पहली गल मैं कभी सोचती नहीं जो मैं हंबल ना काम करना मैं बहुत ज़्यादा सोच के नहीं करती मैं दूजी बार काम कर रही हाँ आई बिलीव पंजाब दे विच जे मैं देखिया है कि सब चीज़ टाइमली है सब की प्रोपर रिस्पैक्ट आ सब दे टाइम दे रिस्पैक्ट आ वो एक्चुअली हंबल दे सेट ते आ किसी का बिल्कुल टाइम वेस्ट नहीं हुंदा मैंने याद आ कि जे थोड़ा इन्ना क सीन आ छोटा जा यही कि तुसी थ्रू आउट बैठे हो तुहानू पता कि मैं गिप्पी सर हमेशा दसते रहते हैं कि इन्ना ही आनू परफेक्ट करना बस इन्नी क चीज़ है सो हर किसी के टाइम को रिस्पैक्ट करना हर किसी को वैल्यू करना हर आर्टिस्ट को वैल्यू करना ये हंबल के सैट पर आ सो वैन एवर कद भी आई थिंक मंजर बिस्तरी मजाद की सी बलजीत सर ने मैंने बुलाया तो उन्होंने कहता मैं क्या सर तुम कहता वी विल डेफिनेटली डू इट तो जिन्ना वधिया असं कर सकते हैं करा इस मूवी के बारे जो क्योंकि देवर सो मैनी हीरोइनस तो बहुत स्टारकास्ट बहुत उदा सी बहुत वही सी सो मैं इस चीज़ लिए श्योर सी कि हर किसी को प्रेजेंट बहुत ब्यूटीफुल तरीके नाल किया जाऊगा जो कि किया गया सो मैं बहुत थैंकफुल हाँ गिप्पी सर का हंबल म्यूजिक हंबल मूवीज़ हर किसी का सबनों थैंक यू सो मच फॉर मेकिंग मी पार्ट ऑफ दिस मूवी थैंक यू जी जी जो भी गिप्पी सर की तारीफा होंगे ने तो सारे यही कहते हैं ही इज़ वेरी हंबल ही इज़ वेरी हंबल दैट्स वाई कंपनी नेम इज़ हंबल सो तारीफ तो करनी पड़ती है तैनू गरवाल मैम जी साढ़े नाल मौजूद नहीं नॉर्मली तो कुलजीता ने जो चिट्टा सूट हूँ तक असं वेख्या स्क्रीन पर लेकिन कुलजीता की मुस्कान उन्होंने बड़ा कलरफुल बना रही है सो की कहना चाहोगे अपने किरदार बारे फर्स्ट ऑफ ऑल सारे सत श्री अकाल एंड थैंक यू सो मच फॉर हैविंग अस हियर टुडे ये मेरी पहली फिल्म आ सो मेरे लिए बहुत ज़्यादा स्पैशल आ मैं सारे तो बहुत कुछ सीखा सो मेरे लिए तो एक बहुत बड़ा लर्निंग एक्सपीरियंस ओवर एनीथिंग हर दिन सैट पर मैं कुछ ना कुछ नवा सीखा तो इन्ने वधिया इन्ने वड्डे स्टार कैस्ट नाल काम किया तो सो सारे नूं मिल के बहुत वधिया लग्या तो कुछ ना कुछ सीखने नूं मिलिया बाकी मैनू मेरा कैरेक्टर बहुत वधिया लग्या फिल्म दे विच ते आई होप सारे जने मेरे कैरेक्टर नूं प्यार देंगे तो सारे लिए बहुत ज़्यादा स्पैशल फिल्म इन देयर ओन वे सारे दे लिए एक इट वॉज अ पॉजिटिव चैलेंज फॉर एवरीबडी टू प्ले अ रोल इन दिस फिल्म सो या बहुत ही अच्छी फिल्म आ
सारे जाने जरूर देखने जाए दिसंबर 17 शावनी के दारी लाल. थैंक यू. थैंक यू. मैंने प्यार नाल रिक्वेस्ट की मैंने लगता एक दिन पहले ही ना पहुँच जाना कुलजीता वेखना. ओके सो रघुवीर बोली जी भी साढ़े नाल मौजूद ने. इन्होंने पहले ही दस दिता कि थोड़ा हासा ये बड़ा डिफरेंट जहा है वो हमने रिवील कर सकते हो या असं सस्पेंस ही रहिए फिलहाल. सत श्रीकाल जी. पहला सारे जी आया तो जिमें कि बाई ने दसिया गा फिल्म बारे करैक्टर बारे तो मेरा जोड़ा मेरे हिस्से करैक्टर आया गा वो है रूड़े भंगी का. चार भरा ने सब तो छोटा तो जिदा भंगिया का होंगे गा फिल्म अपना पिंड करैक्टर देखा सी जिन्ना क ऑबजर्व करते हैं कि जे जो भंग पी लें तो हसद तो हसी जाते रोंद रोई जाते हैं तो जे डरते तो डरी जाते हैं जिधर वो नशा ला ला उधर ही हो जाता तो यह भी उदा का करैक्टर है जो बैठा उसकी सुरूर च जो जो आम भी बैठा तो वह एक पैट जहा रखा है करैक्टर का टोन जी जी चल रही है वो जो रोंदा उदो भी आई वो कहते ना तेरा रोंद का बदला वा ना हसते का. सो ये करैक्टर उस तरीके बाई होर ने इन्ना सोहना करवाया गा जिन्ना आप मेहनत कर सकते सोना किया बाकी दर्शक देख के दसणगे तो मैं सारे तो छोटा गा तो करैक्ट फिल्म के भी छोटा तो उदा भी छोटा भाजी हुई बैठे ने साडे ये तो साढ़े वो मैं कहना हूं भी अध्यापक ने गए जिन्होंने साडे लिए पदरे किए ने राह जे रोड़े पखड़े से चाके पासे करते कहते आओ बचे हो लो नहीं आ रहे. सो थैंक यू बाई होर काम करके हमेशा वधिया लगता कलेजे तो लैके रूड़े भंगी तक का सफर बाई होर तो ऑफ सैट भी बहुत वधिया. लव यू सारे तो फिल्म जरूर देख के अपने रिव्यू दो. थैंक यू.